ਕੈਂਪ ਇਲੈਕਸ਼ਨਾਂ ਦੇ ਵਿੱਚ ਤੁਸੀਂ ਮਦਦ ਕੀਤੀ ਮੀਤ ਹੇਅਰ ਦੀ, ਕਹਿੰਦੇ ਸਿਰਫ ਅਗਰਾਹਾਂ ਥੋੜ੍ਹੇ ਥੋੜ੍ਹੇ ਉੱਪਰ ਉੱਪਰ ਸਰਕਾਰ ਦਾ ਵਿਰੋਧ ਕਰਦਾ ਅੰਦਰੋਂ ਨਾਲ। ਪਹਿਲਾਂ ਸਿਮਰਜੀਤ ਮਾਨ ਜਿੱਤਿਆ, ਉਦੋਂ ਫਿਰ ਅਸੀਂ ਮਾਨ ਨੂੰ ਵੋਟਾਂ ਪਾਈਆਂ, ਉਦੋਂ ਵੀ ਤਾਂ ਸਾਡਾ ਕੇਡਰ ਇੱਥੇ ਸੀ ਸੰਗਰੂਰ 'ਚ, ਉਦੋਂ ਤੁਸੀਂ ਕਿਉਂ ਨਹੀਂ ਕਿਹਾ ਵੀ ਮਾਨ ਇਹਨਾਂ ਨੇ ਜਿੱਤਿਆ ਤਾਂ ਸਰਕਾਰ ਖਿਲਾਫ ਇੱਕ ਪੱਕਾ ਮੋਰਚਾ ਲਾ ਕੇ ਕਿਉਂ ਨਹੀਂ ਬਹਿੰਦੇ ਵੀ ਜਿਹੜੇ ਨਹੀਂ? ਅਸੀਂ ਤਾਂ ਲਾਉਣੇ ਪੱਕੇ ਮੋਰਚੇ ਆ, ਜਿੱਥੇ ਦੇਖਿਆ ਸਾਡਾ ਕੱਚਾ ਮੋਰਚਾ ਅਤੇ ਅਸੀਂ ਵੀ ਅੰਦਰ ਆ ਵੜੇ। ਉਹ ਮੌਕਾ ਹੁੰਦਾ ਕਦੇ ਬਾਬਲ ਕੀਆਂ ਕਦੇ ਸ਼ੂਸ਼ਕੀਆਂ, ਕਦੇ ਉਹਨਾਂ ਦੀਆਂ ਕਦੇ ਸਾਡੀਆਂ, ਇਹ ਤਾਂ ਹੁੰਦੀਆਂ ਨੇ। ਕੇਂਦਰ ਸਰਕਾਰ ਨੀਤੀ ਲੈ ਕੇ ਆ ਰਹੀ ਹੈ, ਵਾਟਰ ਨੀਤੀ, ਨਵੀਂ ਵਾਟਰ ਨੀਤੀ, ਜਿਹਦੇ ਨਾਲ ਇਹ ਪਾਣੀਆਂ ਦਾ ਰੌਲਾ ਹੀ ਮੁੱਕਣਾ ਕਿ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਿਹਾ ਪਾਣੀ। ਪ੍ਰਧਾਨ ਜੀ, ਬੜੇ ਲੰਮੇ ਸਮੇਂ ਬਾਅਦ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਨਾਲ ਮੋਰਚਾ ਲਾਉਣ ਦੀ ਆਗਿਆ ਮਿਲੀ ਹੈ ਜਾਂ ਆਗਿਆ ਲਈ ਹੈ, ਕੀ ਕਿਵੇਂ ਇੱਧਰ ਇੱਥੇ ਪਹੁੰਚੇ? ਦੇਖੋ, ਇਹ ਸਾਡੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ, ਜਿਹਦੇ 'ਚ ਜਸਕਰਨ ਜੀ ਸੀਗੇ ਵਿੱਚ, ਅਤੇ ਮੋਹਾਲੀ ਦਾ SSP ਵੀ ਸੀਗਾ, ਹੋਰ ਅਧਿਕਾਰੀ ਵੀ ਸੀਗੇ। ਅਸੀਂ ਉਹਨਾਂ ਨੂੰ ਦੱਸਿਆ ਸੀ ਵੀ ਸਾਡਾ ਜਮਹੂਰੀ ਹੱਕ ਹੈ ਚੰਡੀਗੜ੍ਹ 'ਚ ਦਾਖਲ ਹੋਣ ਦਾ, ਸਾਨੂੰ ਜੇ ਤੁਸੀਂ ਰੋਕਦੇ ਹੋ ਜਾਂ ਡਿਊਟੀ ਰੋਕਦੀ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ। ਅਸੀਂ ਹਰ ਹਾਲਤ ਦੇ ਵਿੱਚ ਆਪਣੀਆਂ ਮੰਗਾਂ ਲੈ ਕੇ ਚੰਡੀਗੜ੍ਹ 'ਚ ਦਾਖਲ ਹੋਣਾ ਚਾਹੁੰਦੇ ਹਾਂ, ਅਸੀਂ ਵਿਧਾਨ ਸਭਾ ਵੱਲ ਮਾਰਚ ਕਰਨਾ ਚਾਹੁੰਦੇ ਹਾਂ। ਇਹ ਸਾਡੀ ਗੱਲ ਮਤਲਬ ਆਪਣੇ ਪੰਜਾਬ ਪ੍ਰਸ਼ਾਸਨ ਨਾਲ ਹੋਈ ਹੈ ਗੱਲਬਾਤ, ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਡਿੱਕਾ ਨਾ ਬਣੋ, ਜੇ ਡਿਊਟੀ ਵਾਲੇ ਸਾਨੂੰ ਰੋਕਣਗੇ ਉਹਨਾਂ ਨਾਲ ਅਸੀਂ ਦੇਖਦੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਡਿਊਟੀ ਨਾਲ ਤੁਹਾਡੀ ਗੱਲ ਕਰਾ ਦਾਂਗੇ। ਉਹ ਗੱਲਬਾਤ ਸਾਡੀ ਮੇਰੇ ਖਿਆਲ 'ਚ 30 ਤਰੀਕ ਨੂੰ, 31 ਨੂੰ, 31 ਨੂੰ ਸਾਡੀ ਉਹਨਾਂ ਨਾਲ ਗੱਲਬਾਤ ਚੱਲੀ ਹੈ। ਤਕਰੀਬਨ ਉਹ ਗੱਲ ਚੱਲੀ ਹੈ ਸਾਡੀ 3-4 ਘੰਟੇ। 4 ਘੰਟੇ ਚੱਲਣ ਤੋਂ ਬਾਅਦ ਫਿਰ ਉਹਨਾਂ ਨੇ ਤੈਅ ਕਰ ਲਿਆ ਵੀ ਠੀਕ ਹੈ, ਤੁਸੀਂ, ਅਸੀਂ ਜਗ੍ਹਾ ਦਿਖਾ ਦਿੰਦੇ ਹਾਂ ਤੁਹਾਨੂੰ, ਅਤੇ ਉਹ ਜਗ੍ਹਾ ਦੇ ਵਿੱਚ ਤੁਹਾਨੂੰ ਥਾਂ ਦੇਣਾਗੇ। ਸਾਰੀਆਂ ਜਗ੍ਹਾ ਦਿਖਾਉਣ ਤੋਂ ਬਾਅਦ ਫਿਰ ਆਹ ਸਾਡੀ ਅਸੀਂ ਨੇ ਪਾਸ ਕਰਤੀ ਜਗ੍ਹਾ 34 ਸੈਕਟਰ ਵਾਲੀ, ਇਹਦੇ 'ਚ ਸਾਨੂੰ ਆਉਣ ਦੀ ਅੱਗੇ ਕੀ ਹੈ ਜਿੱਤ ਵੀ ਮੰਨੇ ਜਾ ਸਕਦੇ ਕਿਸਾਨਾਂ ਦੀ ਵੀ ਬੜੇ ਲੰਮੇ ਸਮੇਂ ਬਾਅਦ, ਕਹਿੰਦੇ 15-16 ਸਾਲਾਂ ਬਾਅਦ ਕਿਸਾਨ ਲਹਿਰ ਇੱਥੋਂ ਤੱਕ ਪਈ ਹੈ? ਦੇਖੋ, ਸਰਕਾਰ ਦਾ ਇੱਕ ਰਵੱਈਆ ਹੁੰਦਾ, ਸਰਕਾਰ ਨੇ ਕਿਸੇ ਲਹਿਰ ਨੂੰ ਦੱਬ ਕੇ ਰੱਖਣਾ ਹੁੰਦਾ, ਲਹਿਰ ਵਾਲਿਆਂ ਨੇ ਆਪਦੀ ਮੌਕੇ ਦੇਖਣੇ ਹੁੰਦੇ ਨੇ। ਅਸੀਂ ਇਹ ਸੋਚਿਆ ਵੀ ਸਰਕਾਰ ਹੈ ਜਿਹੜੀ ਹੁਣ ਇਸ ਵੇਲੇ ਸਰਕਾਰ ਜੀ, ਜਿਹੜੀ 2024 ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਉਹਦੇ ਵਿੱਚ BJP ਸਰਕਾਰ ਦੀ ਬਹੁਤ ਹਾਲਤ ਕਮਜ਼ੋਰ ਹੈ, ਅਤੇ ਹੁਣ ਸਰਕਾਰ ਨੇ BJP ਚੋਣਾਂ ਸਿਰ 'ਤੇ ਨੇ, ਹਰਿਆਣੇ ਦੀਆਂ ਚੋਣਾਂ ਸਿਰ 'ਤੇ ਨੇ, ਨਾ ਹਰਿਆਣੇ ਵਾਲਿਆਂ ਨੂੰ ਅੰਦਰ ਵੜਨ ਦਿੰਦੇ ਨੇ, ਨਾ ਪੰਜਾਬ ਵਾਲਿਆਂ ਨੂੰ ਅੰਦਰ ਵੜਨ ਦਿੰਦੇ ਨੇ। ਵੀ ਇਸ ਮੌਕੇ 'ਤੇ ਫਿਰ ਆਪਾਂ ਜਾ ਕੇ ਇਹ ਕਹੀਏ ਵੀ ਆਪਾਂ ਜਿੱਦ ਕਰੀਏ ਵੀ ਅਸੀਂ ਹਰ ਹਾਲਤ 'ਚ ਉੱਥੇ ਜਾਣਾ। ਇਹ ਦੇਖੋ ਤੁਸੀਂ, ਹੁਣ ਜਿਹੜੀਆਂ ਪੰਜਾਬ ਦੀਆਂ ਦੂਜੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਆਗਿਆ ਮਿਲ ਗਈ, ਉਹ ਵੀ ਅੰਦਰ ਆ ਗਏ, ਅਤੇ ਅਸੀਂ ਵੀ ਅੰਦਰ ਆ ਵੜੇ, ਅਤੇ ਇਹ ਉਹ ਮੌਕਾ ਹੁੰਦਾ ਕਦੇ ਬਾਬਲ ਕੀਆਂ ਕਦੇ ਸ਼ੂਸ਼ਕੀਆਂ, ਕਦੇ ਉਹਨਾਂ ਦੀਆਂ ਕਦੇ ਸਾਡੀਆਂ, ਇਹ ਤਾਂ ਹੁੰਦੀਆਂ ਨੇ। ਹੁਣ ਕੀ ਮੰਨਦੇ ਹੋ, ਕਿਹੜੀਆਂ ਮੰਗਾਂ ਅੱਜ, ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਤੁਸੀਂ ਆਏ ਹੋ, ਕਿਹੜੀਆਂ ਮੰਗਾਂ ਨੂੰ ਲੈ ਕੇ ਮੋਰ? ਅਸੀਂ ਜਿਹੜੀਆਂ ਮੰਗਾਂ ਲੈ ਕੇ ਆਉਂਦੇ ਉਹ ਬੇਸਿਕਲੀ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਨੇ, ਜਿਹਦੇ 'ਚ ਖੇਤੀ ਨੀਤੀ ਹੈ, ਕਰਜ਼ੇ ਵਾਲੀ ਨੀਤੀ ਹੈ, ਪਾਣੀ ਵਾਲੀ ਨੀਤੀ ਹੈ, ਨਸ਼ੇ ਵਾਲੀ, ਨਸ਼ਾ ਤੋਂ ਮੁਕਤ ਕਰਾਉਣ ਦੀ ਹੈ, ਜ਼ਮੀਨਾਂ ਦੀ ਰੋਡ ਪੂਰੀ ਕਰਾਉਣ ਦੀ ਹੈ। ਉਹ ਮੰਗਾਂ ਸਾਡੀਆਂ ਬੇਸਿਕਲੀ ਬੁਨਿਆਦੀ ਮੰਗਾਂ ਦੇ ਉੱਤੇ ਅਸੀਂ ਆ ਰਹੇ ਹਾਂ। ਅਸੀਂ ਕਹਿ ਰਹੇ ਹਾਂ ਵੀ ਜਿਹੜੀਆਂ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ, ਨਵੀਆਂ ਹਾਲਤਾਂ ਨੇ ਜਿਹੜੀਆਂ, ਉਹ ਸਾਨੂੰ ਖੇਤੀ ਵਿੱਚੋਂ ਬਾਹਰ ਕਰੋ ਉਹਨਾਂ ਨੂੰ, ਉਹਦੇ ਕਰਕੇ ਅਸੀਂ ਸਾਰੇ ਲੋਕ, ਸਾਡਾ ਨੁਕਸਾਨ ਹੋ ਰਿਹਾ। ਤੁਸੀਂ ਇਹ ਖੇਤੀ ਨੀਤੀ ਦੀ ਜਿਹੜਾ ਵਾਅਦਾ ਕੀਤਾ ਸਾਡੇ ਨਾਲ ਵੀ ਖੇਤੀ ਨੀਤੀ ਬਣਾਵਾਂਗੇ, ਬਣਾ ਕੇ ਅਸੀਂ ਉਹ 'ਤੇ ਅਮਲਦਾਰੀ ਕਰਾਂਗੇ, ਉਹ ਨਾ ਖੇਤੀ ਨੀਤੀ ਬਣੀ ਹੈ, ਜੇ ਬਣੀ ਹੈ ਤਾਂ ਬਾਹਰ ਨਹੀਂ ਆਈ। ਇਸ ਕਰਕੇ ਸਾਡੀ ਉਹ ਪ੍ਰਪੋਜ਼ਲ ਹੈ ਵੀ ਖੇਤੀ ਨੀਤੀ ਸਰਕਾਰ ਬਣਾਵੇ, ਅਤੇ ਆਹ ਜਿਹੜੀਆਂ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਹੋ ਰਹੀਆਂ ਨਵੀਆਂ ਲੈ ਕੇ ਤੁਸੀਂ ਆ ਰਹੇ ਹੋ ਨਿਗਮੀਕਰਨ ਦੇ ਨਾਂ ਦੇ ਉੱਤੇ, ਇਹਨਾਂ 'ਚੋਂ ਤੁਸੀਂ ਬਾਹਰ। ਪੰਜਾਬ ਸਰਕਾਰ ਨੇ ਤਾਂ ਸੈਸ਼ਨ ਹੀ ਬਹੁਤ ਛੋਟਾ ਸੱਦਿਆ, ਕੀ ਲੱਗਦਾ ਜਿਹੜੀਆਂ ਮੰਗਾਂ 'ਤੇ ਗੌਰ ਕਰ ਸਕੋਗੇ? ਕੀ ਹੈ ਪੰਜਾਬ ਸਰਕਾਰ ਸੈਸ਼ਨ ਹੀ ਇਸ ਵਾਰ ਸਿਰਫ 2 ਦਿਨਾਂ ਦਾ, ਕੀ ਲੱਗਦਾ ਲੋਕਾਂ ਦੀਆਂ ਮੰਗਾਂ 'ਤੇ ਗੱਲ ਹੋਵੇ ਸੈਸ਼ਨ ਦੇ ਵਿੱਚ? ਨਹੀਂ, ਲੋਕਾਂ ਦੀਆਂ ਮੰਗਾਂ ਕੁਛ ਹੋਰ ਨੇ, ਸਰਕਾਰ ਦਾ ਰਾਹ ਕੁਛ ਹੋਰ ਹੈ। ਸਰਕਾਰ ਦਾ ਜਿਹੜਾ ਮੂੰਹ ਹੈ ਉਹ ਕਾਰਪੋਰੇਟ ਕਰਨੀ ਹੈ,
ਸਰਮਾਏਦਾਰ ਪੂੰਜੀਪਤੀ। ਦੇਖੋ ਤੁਸੀਂ ਰੋਜ਼ ਬਿਆਨ ਪੜ੍ਹੋ, ਪਿਛਲੇ ਸਮੇਂ ਦੇ ਵਿੱਚ ਬਿਆਨ ਆਇਆ 26 ਮੰਡੀਆਂ ਰੱਦ ਕਰਤੀਆਂ, ਸ਼ੀਲੋ ਗੋਦਾਮਾਂ ਨੂੰ ਮਾਨਤਾ ਦੇ ਦਿੱਤੀ। ਜਦੋਂ ਉਹਨਾਂ ਨੂੰ ਅੰਦੋਲਨ ਲੜਿਆ ਤਾਂ ਉਹ ਵਾਪਸ ਲੈਣੇ ਪੈ ਗਏ। ਆਹ ਹੁਣੀ ਕੁਛ 2 ਹਫ਼ਤੇ ਪਹਿਲਾਂ ਇਹ ਖ਼ਬਰ ਆਈ ਵੀ 8 ਕਾਲਜਾਂ ਨੂੰ ਖੁਦ ਮੁਖਤਿਆਰੀ ਦੇ ਦਿੱਤੀ, ਯਾਨੀ ਉਹ ਜਦੋਂ ਜਥੇਬੰਦੀ 'ਚ ਰੋਸ ਉੱਠਿਆ ਵਾਪਸ ਲੈਣਾ ਪੈ ਗਿਆ। ਯਾਨੀ ਅੱਜ ਵੀ ਭਗਵੰਤ ਮਾਨ ਸਾਹਿਬ ਪੂੰਜੀ ਨਿਵੇਸ਼ ਦੀ ਗੱਲ ਕਰ ਰਹੇ ਨੇ, ਟਾਟਾ ਸਟੀਲ ਪਲਾਂਟ ਹੈ ਉਹਨੂੰ ਸੱਦ ਰਹੇ ਨੇ ਇੱਧਰ, ਗੋਬਿੰਦਗੜ੍ਹ ਦੀ ਮੰਡੀ ਦੀ ਸਾਰ ਨਹੀਂ ਲੈ ਰਹੇ, ਲੁਧਿਆਣੇ ਦੀਆਂ ਫੈਕਟਰੀਆਂ ਦੀ ਸਾਰ ਨਹੀਂ ਲੈ ਰਹੇ। ਯਾਨੀ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਹੈ ਜਿਹਦੇ ਵਿੱਚ ਲਗਭਗ 64,000 ਮੁੰਡੇ ਕੰਮ ਕਰਦੇ ਆ, ਉਹ ਸਾਰੀ ਇੰਡਸਟਰੀ ਫੇਲ ਹੋ ਜਾਂਦੀ ਹੈ। ਤੁਸੀਂ ਗੋਬਿੰਦਗੜ੍ਹ ਦੀ ਮੰਡੀ ਸੁਣਿਆ ਹੋਣਾ, ਲੋਹੇ ਦੀ ਮੰਡੀ ਦੇ ਵਿੱਚ ਏਸ਼ੀਆ ਦੇ ਵਿੱਚ ਮਸ਼ਹੂਰ ਸੀ, ਉਹ ਫੇਲ ਦੇ ਕਿਨਾਰੇ ਹੈ। ਇਸ ਕਰਕੇ ਛੋਟੀ ਸਨਅਤ ਨੂੰ ਫੇਲ ਕਰਕੇ ਵੱਡੀਆਂ ਸਨਅਤਾਂ ਨੂੰ ਲੈ ਕੇ ਆਉਣ ਦਾ, ਪੂਨੇ ਦੀ ਕੰਪਨੀ ਨੂੰ ਕਹਿੰਦੇ ਵੀ ਇੱਧਰ ਆਓ, ਜਰਮਨੀ ਦੀ ਕੰਪਨੀ ਬਹੁਤ ਵੱਡੀ ਆ ਰਹੀ ਹੈ, ਟਾਟਾ ਸਟੀਲ ਪਲਾਂਟ ਉਹ ਲਿਆਉਂਦਾ ਹੈ। ਯਾਨੀ ਇਹ ਜਿਹੜੀਆਂ ਪਲਾਂਟਾਂ ਨੇ, ਜਿਵੇਂ ਹੁਣ ਬੇਰਕਾ ਦੁੱਧ ਨੂੰ ਫੇਲ ਕਰਨ ਦੀ ਖਾਤਰ ਉਹ ਅਮੁੱਲ ਲੈ ਕੇ ਹੈ, ਉਹ ਫੈਕਟਰੀ ਗੁਜਰਾਤ ਦੀ ਆ ਰਹੀ ਹੈ। ਯਾਨੀ ਵੱਡੇ ਕਾਰਪੋਰੇਟਰ ਲਿਆ ਕੇ ਛੋਟੇ ਦੁਕਾਨਦਾਰ, ਛੋਟੇ ਕਿੱਤਿਆਂ ਨੂੰ, ਛੋਟੀ ਇੰਡਸਟਰੀ ਨੂੰ, ਸਮਾਲ ਸਕੇਲ ਨੂੰ, ਪ੍ਰਚੂਨ ਖੇਤਰ ਨੂੰ ਫੇਲ ਕਰਕੇ ਵੱਡੇ ਵੱਡੇ ਸ਼ੋਪਿੰਗ ਮਾਲ ਲਾ ਕੇ, ਯਾਨੀ ਆਹ ਦੁਨੀਆ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਸਾਡੇ ਦੇਸ਼ ਨੂੰ, ਜਿਹਨੂੰ ਇਹ ਵਿਕਾਸ ਕਹਿੰਦੇ। ਪੰਜਾਬ ਦੇ ਪਾਣੀਆਂ ਦੇ ਖਾਸ ਕਰਕੇ ਸਤਲੁਜ ਤੇ ਗੱਲ ਚੱਲਦੀ ਹੈ ਕਿ ਪਾਣੀ ਗੰਧਲਾ ਹੋ ਰਿਹਾ, ਫੈਕਟਰੀਆਂ ਗੰਧਲਾ ਕਰ ਰਹੀਆਂ, ਉਹਦੇ ਤੇ ਤੁਹਾਡੀ ਜਥੇਬੰਦੀ ਉਧਰ ਕਦੇ ਪ੍ਰਦਰਸ਼ਨ ਕਰੇਗੀ ਜਾਂ ਉਸ ਤੇ? ਪਾਣੀ ਕੱਲਾ ਦਰਿਆਵਾਂ ਦਾ ਹੀ ਨਹੀਂ ਗੰਧਲਾ ਹੋ ਰਿਹਾ, ਪਾਣੀ ਧਰਤੀ ਹੇਠਲਾ ਵੀ ਗੰਧਲਾ ਕੀਤਾ ਜਾ ਰਿਹਾ ਹੈ। ਜਿੱਦਾਂ ਫਿਰੋਜ਼ਪੁਰ ਦੇ ਵਿੱਚ ਇੱਕ ਮੋਰਚਾ ਚੱਲਿਆ ਸੀ, ਪਾਣੀ ਧਰਤੀ ਹੇਠਲਾ ਗੰਧਲਾ, ਤੇਜ਼ਾਬੀ ਪਾਣੀ ਆ ਰਿਹਾ ਹੈ, ਯਾਨੀ ਪਾਣੀ ਖਤਮ ਵੀ ਹੋ ਰਿਹਾ ਹੈ, ਪਾਣੀ ਗੰਦਾ ਵੀ ਹੋ ਰਿਹਾ ਹੈ, ਪਾਣੀ ਬਰਸਾਤੀ ਪਾਣੀ ਮਾਰ ਵੀ ਕਰਦਾ, ਸਾਂਭਿਆ ਵੀ ਨਹੀਂ ਜਾਂਦਾ। ਇਹਦੇ ਨਾਲ ਹੋਰ ਇੱਕ ਵੱਡੀ ਗੱਲ, ਪਾਣੀ ਆ ਮਸਲੇ, ਪਾਣੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਕੇਂਦਰ ਸਰਕਾਰ ਨੀਤੀ ਲੈ ਕੇ ਆ ਰਹੀ ਹੈ, ਵਾਟਰ ਨੀਤੀ, ਨਵੀਂ ਵਾਟਰ ਨੀਤੀ, ਜਿਹਦੇ ਨਾਲ ਇਹ ਪਾਣੀਆਂ ਦਾ ਰੌਲਾ ਹੀ ਮੁੱਕਣਾ ਕਿ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਿਹਾ ਪਾਣੀ। ਪਿੱਛੇ ਤੁਸੀਂ ਬਿਆਨ ਪੜ੍ਹਿਆ ਹੋਣਾ ਸਟੇਟ ਕੇਂਦਰ ਸਰਕਾਰ ਦਾ, ਇੱਕ ਬਿਆਨ ਲੱਗਿਆ ਸੀ ਵੀ ਪਾਣੀ ਫ੍ਰੀ ਦੇਣ ਵਾਲੀ ਚੀਜ਼ ਨਹੀਂ ਹੈ, ਇਹ ਵੇਚਣ ਵਾਲੀ ਚੀਜ਼ ਹੈ, ਇਹਨੂੰ ਵੇਚਿਆ ਜਾਊਗਾ, ਇਹਨੂੰ ਕਾਰਪੋਰੇਟ ਹੀ ਗੰਦਾ ਕਰਦੇ ਨੇ, ਕਾਰਪੋਰੇਟ ਹੀ ਸਾਫ਼ ਕਰਨਗੇ, ਕਾਰਪੋਰੇਟ ਹੀ ਵੇਚਣਗੇ, ਰੇਟ ਉਹਨਾਂ ਦਾ ਆਪਣਾ ਮਰਜ਼ੀ ਦਾ ਹੋਊਗਾ। ਯਾਨੀ ਪਾਣੀ ਵਾਲੇ ਮਸਲੇ 'ਤੇ ਜਿਹੜੀ ਨੀਤੀ ਹੈ ਆ ਰਹੀ ਹੈ, ਜਿਹੜੀ 5 ਦਰਿਆਵਾਂ ਦੀ ਧਰਤੀ 'ਤੇ ਪਾਣੀ ਕਾਰਪੋਰੇਟਾਂ ਦੇ ਹੱਥਾਂ 'ਚ ਹੋਊਗਾ, ਉਹ ਵੇਚਣਗੇ। ਯਾਨੀ ਤੁਹਾਨੂੰ ਇਸ ਹਾਲਤ 'ਚ ਲਿਆ ਕੇ ਖੜਾ ਕਰਤਾ, ਹੁਣ ਜੇ ਬਿਜਲੀ ਹੈ ਤਾਂ ਪਾਣੀ ਹੈ, ਜੇ ਬਿਜਲੀ ਹੈ ਨਹੀਂ ਤਾਂ ਪਾਣੀ ਹੈ ਨਹੀਂ। ਇਸ ਕਰਕੇ ਪਾਣੀ ਦੀ ਜਿਹੜੀ ਦਿੱਕਤ ਹੈ ਇਹ ਖਾਸੀ ਵੱਡੀ ਹੈ, ਅਤੇ ਬਹੁਤ ਵੱਡਾ ਜਿਹੜਾ ਹੁਣ ਸਰਕਾਰ ਦਾ ਰੁਝਾਨ ਹੈ ਜਿਹੜੇ ਪਾਸੇ ਨੂੰ ਆ ਰਿਹਾ ਉਹ ਖਤਰਨਾਕ। ਤੁਹਾਡੇ ਬਾਰੇ ਗੱਲ ਇਹ ਵੀ ਕਹੀ ਗਈ ਕਿ ਐਮ ਪੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਮਦਦ ਕੀਤੀ ਮੀਤ ਹੇਅਰ ਦੀ, ਤੁਹਾਡੀ ਜਥੇਬੰਦੀ 'ਤੇ ਕਈ ਵਿਰੋਧੀਆਂ ਨੇ ਇਲਜ਼ਾਮ ਵੀ ਲਾਇਆ, ਕਹਿੰਦੇ ਸਿਰਫ ਗ੍ਰਾਹਾਂ ਥੋੜ੍ਹੇ ਥੋੜ੍ਹੇ ਉੱਪਰੋਂ ਉੱਪਰੋਂ ਸਰਕਾਰ ਦਾ ਵਿਰੋਧ ਕਰਦਾ ਅੰਦਰੋਂ ਨਾਲ ਹੈ। ਦਿਖਾ ਦਿਓ ਕੋਈ ਗੱਲ, ਇੱਕ ਗੱਲ, ਕੋਈ ਇੱਕ ਤੱਥ ਜਾਂ ਇੱਕ ਸਬੂਤ ਦਿਖਾ ਦਿਓ ਕਿ ਅਸੀਂ ਉਹਨਾਂ ਨਾਲ ਖੜੇ, ਬਿਨਾਂ ਸਿਰ ਪੈਰ ਦੇ ਕੋਈ ਗੱਲ ਕਰਨਾ ਇਹ ਤੁੱਕ ਨਹੀਂ ਕੋਈ। ਮੈਨੂੰ ਇਹ ਦੱਸੋ, ਪਹਿਲਾਂ ਸਿਮਰਜੀਤ ਮਾਨ ਜਿੱਤਿਆ, ਉਦੋਂ ਫਿਰ ਅਸੀਂ ਮਾਨ ਨੂੰ ਵੋਟਾਂ ਪਾਈਆਂ? ਆਪ ਦੀ ਸਰਕਾਰ ਬਣੀ ਸੀ ਪਹਿਲਾਂ ਇੱਥੇ ਐਮ ਪੀ, ਸਿਮਰਜੀਤ ਮਾਨ ਜਿੱਤਿਆ, ਉਦੋਂ ਤੁਸੀਂ ਕਿਉਂ ਨਹੀਂ ਕਿਹਾ ਵੀ ਮਾਨ ਇਹਨਾਂ ਨੇ ਜਿੱਤਿਆ? ਤਾਂ ਜੇ ਤਾਂ ਜਿਹੜੀ ਗੱਲ ਹੋਈ ਆ, ਮਾਨ ਵੀ ਉਦੋਂ ਵੀ ਤਾਂ ਸਾਡਾ ਕੇਡਰ ਇੱਥੇ ਸੀ ਸੰਗਰੂਰ 'ਚ ਹੀ, ਉਦੋਂ ਫਿਰ ਆਪ ਵਾਲਾ ਕਿਉਂ ਨਹੀਂ ਜਿੱਤਿਆ? ਆਪ ਵਾਲਾ ਕਿਉਂ ਹਾਰ ਗਿਆ? ਹੁਣ ਜਿੱਤਣ ਹਾਰਨ ਦੇ ਕਾਰਨ ਕੋਈ ਹੋਰ ਹੈ, MLA MP ਕੌਣ ਜਿੱਤ ਗਿਆ ਕੌਣ ਹਾਰ ਗਿਆ ਸਾਡੀ ਕੋਈ ਦਿਲਚਸਪੀ ਨਹੀਂ, ਸਰਕਾਰ ਕਿਹਦੀ ਬਣ ਗਈ ਕਿਹਦੀ ਨਹੀਂ ਬਣ ਗਈ ਸਾਡੀ ਕੋਈ ਦਿਲਚਸਪੀ।
ਅੱਜ ਦਾ ਇਹ ਦੇਖਦੇ ਹਾਂ ਵੀ ਸਰਕਾਰ ਨੀਤੀਆਂ ਜਿਹੜੀਆਂ ਪਹਿਲਾਂ ਕਾਰਪੋਰੇਟਾਂ ਵਾਲੀਆਂ ਨੀਤੀਆਂ ਜਿਹੜੀਆਂ ਵਿਸ਼ਵਪਾਲ ਸੰਤਾਂ ਦੀਆਂ ਨਵੀਆਂ ਆਰਥਿਕ ਨੀਤੀਆਂ ਨੇ, ਉਹ ਕੌਣ ਲਾਗੂ ਕਰਦਾ? ਕੌਣ ਵੱਧ ਵਫਾਦਾਰੀ ਨਾਲ ਪਹਿਰੇਦਾਰੀ ਦਿੰਦਾ? ਉਹ 'ਚ ਨਾ ਇਹ ਘੱਟ ਨੇ, ਨਾ ਅਕਾਲੀ ਘੱਟ ਸੀ, ਨਾ ਕਾਂਗਰਸ ਘੱਟ ਹੈ। ਨਾ ਮੋਰਚਾ ਬੜੇ ਲੰਮੇ ਲੰਮੇ ਸਾਹ ਬਾਅਦ ਲਾਉਣੇ ਹੋ, ਸਰਕਾਰ ਖਿਲਾਫ ਇੱਕ ਪੱਕਾ ਮੋਰਚਾ ਲਾ ਕੇ ਕਿਉਂ ਨਹੀਂ ਪੈਂਦੇ ਵੀ ਜਿਹੜੀਆਂ ਨੀਤੀਆਂ? ਅਸੀਂ ਤਾਂ ਲਾਉਣੇ ਪੱਕੇ ਮੋਰਚੇ ਹਾਂ। ਕਿੱਥੇ ਦੇਖਿਆ ਸਾਡਾ ਕੱਚਾ ਮੋਰਚਾ? ਅਸੀਂ 15-15 ਦਿਨ ਪਹਿਲਾਂ ਬਾਦਲ 'ਚ ਬੈਠੇ, ਪਟਿਆਲੇ ਬੈਠੇ, ਉਹ ਵੀ ਸਾਡਾ ਮੋਰਚਾ ਪੱਕਾ ਸੀ। ਉਹ ਤੋਂ ਬਾਅਦ ਮਹੀਨਾ ਭਗਵੰਤ ਮਾਨ ਦੀ ਕੋਠੀ ਮੂਹਰੀ ਬੈਠੇ ਰਹੇ, ਉਹ ਵੀ ਪੱਕਾ ਮੋਰਚਾ ਸੀ। ਆਹ ਵੀ ਸਾਡਾ 5 ਦਿਨ ਦਾ ਮੋਰਚਾ ਹੈ, ਪਹਿਲਾਂ 3 ਦਿਨ ਦਾ ਮੋਰਚਾ ਲਾ ਕੇ ਹਟੇ ਹਾਂ। ਆਹ ਹੁਣ ਇਹਦੂ ਬਾਅਦ ਵੀ ਸ਼ਾਇਦ ਮੋਰਚਾ ਕੋਈ ਲੱਗ ਜੇ, ਅਸੀਂ ਤਾਂ ਲਾਉਂਦੀ ਮੋਰਚੇ ਹਾਂ। ਇਹ ਤੋਂ ਬਾਅਦ ਅਗਲਾ ਐਕਸ਼ਨ ਕੀ ਹੋਵੇਗਾ 5 ਤਰੀਕ ਤੋਂ ਬਾਅਦ? ਇਹ ਅਸੀਂ ਵਿਚਾਰਾਂਗੇ 4 ਤਰੀਕ। ਮਟਕਾ ਚੌਂਕ ਦੇ ਵਿੱਚ ਸਰਕਾਰ ਦਾ ਨੁਮਾਇੰਦਾ ਤੇ ਵਿਰੋਧੀ ਧਿਰ ਦਾ ਇੱਕ ਨੇਤਾ, ਉਹਨੂੰ ਅਸੀਂ ਮੰਗ ਪੱਤਰ ਦੇ ਕੇ ਆਵਾਂਗੇ ਤੇ ਉਹਦੇ ਬਾਅਦ ਵਾਪਸ। ਬਹੁਤ ਬਹੁਤ ਧੰਨਵਾਦ।